ਸਵੇਰਾ ਪੰਜਾਬ ਦੇ ਨਿਊਜ਼ ਐਕਸਪ੍ਰੈਸ ਬੁਲੇਟਿਨ ਨੂੰ ਲੈ ਕੇ ਮੈਂ ਮਨਪ੍ਰੀਤ ਕੌਰ ਹਾਜ਼ਰ ਹਾਂ। ਇਸ ਬੁਲੇਟਿਨ 'ਚ ਅਸੀਂ ਪੰਜਾਬ ਦੇ ਹਰ ਜ਼ਿਲ੍ਹਾ, ਤਹਿਸੀਲ, ਕਸਬੇ ਅਤੇ ਗਲੀ ਮੁਹੱਲੇ ਤੱਕ ਦੀਆਂ ਖਬਰਾਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ। ਹੁਣ ਨਜ਼ਰ ਮਾਰਦੇ ਹਾਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ। ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਂਸ ਪਾਸ ਕੀਤੇ ਗਏ ਨੇ ਉਸ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣਾ ਮੋਰਚਾ ਖੋਲ੍ਹ ਦਿੱਤਾ ਗਿਆ ਤੇ ਕਿਸਾਨਾਂ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਕਿਸਾਨਾਂ ਨੇ ਸੰਸਦ ਮੈਂਬਰ ਸੰਨੀ ਦਿਓਲ ਦੀ ਕੋਠੀ ਦਾ ਵੀ ਘਿਰਾਓ ਕੀਤਾ ਤੇ ਮੰਗ ਕੀਤੀ ਹੈ ਕਿ ਆਰਡੀਨੈਂਸ ਸਰਕਾਰ ਵੱਲੋਂ ਪਾਸ ਕੀਤਾ ਜਾ ਰਿਹਾ ਹੈ ਉਸ ਨੂੰ ਸਰਕਾਰ ਵਾਪਸ ਲਵੇ। ਚੰਡੀਗੜ੍ਹ ਦੇ ਨਵੇਂ SSP ਦਾ ਅਹੁਦਾ ਵਿਵੇਕਸ਼ੀਲ ਸੋਨੀ ਸੰਭਾਲਣਗੇ, ਜਿਨ੍ਹਾਂ ਦੇ ਨਾਮ ਤੇ ਮੋਹਰ ਲਗਾ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਮਿਨਿਸਟਰੀ ਆਫ ਹੋਮ ਅਫੇਅਰ ਨੂੰ ਪ੍ਰਸਤਾਵ ਭੇਜ ਦਿੱਤਾ ਹੈ। ਦੱਸ ਦਈਏ ਕਿ ਵਿਵੇਕਸ਼ੀਲ ਸੋਨੀ ਮੌਜੂਦਾ SSP ਨੀਲਾਬਰੀ ਜਗਦਲੇ ਦੀ ਥਾਂ ਲੈਣਗੇ, ਕਿਉਂਕਿ ਜਗਦਲੇ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਨੇ। ਪਟਿਆਲਾ ਦੇ ਵਿਕਾਸ ਨਗਰ 'ਚ ਇੱਕ ਲੜਕੀ ਨੂੰ ਮੋਟਰਸਾਈਕਲ ਸਵਾਰ ਗੋਲੀਆਂ ਮਾਰ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਆਪਣੇ ਛੋਟੇ ਭਰਾ ਦੇ ਨਾਲ ਇੱਥੇ ਰਹਿੰਦੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਝਗੜਾ ਇੱਥੇ ਚੱਲ ਰਿਹਾ ਸੀ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਆਰੋਪੀਆਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ। ਤੇ ਹੁਣ ਨਜ਼ਰ ਪੰਜਾਬ ਦੀਆਂ ਕੁਝ ਹੋਰ ਖਬਰਾਂ ਤੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿੰਡ ਬਾਦਲ ਵਿਖੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਧੱਕਾਮੁੱਕੀ ਹੋਈ। ਦੱਸ ਦਈਏ ਕਿ ਪੁਲਿਸ ਵੱਲੋਂ ਪਿੰਡ ਬਾਦਲ ਨੂੰ ਜਾਣ ਵਾਲੇ ਹਰ ਰਸਤੇ ਤੇ ਪੂਰੀ ਤਰ੍ਹਾਂ ਨਾਕਾਬੰਦੀ ਕੀਤੀ ਹੋਈ ਸੀ, ਪਰ ਕਿਸਾਨ ਮਜ਼ਦੂਰ ਪੁਲਿਸ ਦੇ ਨਾਕੇ ਨੂੰ ਤੋੜ ਕੇ ਕੇਂਦਰੀ ਮੰਤਰੀ ਦੀ ਕੋਠੀ ਕੋਲ ਜਾ ਪੁੱਜੇ। ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਮੰਡੀ ਇੱਕ ਦੇਸ਼ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨੂੰ ਕੁਚਲਣ ਲਈ ਤਿਆਰ ਹੈ, ਜਿਸ ਦੇ ਵਿਰੋਧ 'ਚ ਉਹ ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦੇਣ ਜਾ ਰਹੇ ਨੇ। ਉਹਨਾਂ ਕਿਹਾ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਉਹ ਨਾਕੇ ਤੋੜਨ ਨੂੰ ਮਜਬੂਰ ਨੇ। ਮੋਦੀ ਨੇ ਦੂਜੀ ਵਾਰ ਸਰਕਾਰ ਬਣਾ ਕੇ ਜਿਹੜਾ ਦੇਸ਼ ਦੇ ਵਿੱਚ ਐਲਾਨ ਕੀਤਾ ਇੱਕ ਦੇਸ਼ ਇੱਕ ਮੰਡੀ, ਉਹਦੇ ਉੱਤੇ ਜਿਹੜੀ ਆ ਸਾਡੀ ਖੇਤੀ ਮੰਡੀ ਆ ਉਹਨੂੰ ਤੋੜ ਕੇ FCI ਨੂੰ ਤੋੜ ਕੇ ਸਰਕਾਰੀ ਖਰੀਦ ਖਤਮ ਕਰਕੇ ਪ੍ਰਾਈਵੇਟ ਘਰਾਣਿਆਂ ਦੇ ਹਵਾਲੇ ਕਰਦੀ ਆ। ਉਹਦੇ ਵਿੱਚ ਜਿਹੜਾ ਵਪਾਰੀ ਆ ਉਹਨੂੰ ਇਹਨਾਂ ਨੇ ਖੁੱਲ੍ਹ ਦੇ ਦਿੱਤੀ ਆ, ਨਾ ਉਹ ਲਾਇਸੈਂਸ ਲਊਗਾ ਨਾ ਕੋਈ ਉਹ ਫੀਸ ਦਊਗਾ, ਉਹ ਖੁੱਲ੍ਹੇ ਦੇ ਵਿੱਚ ਜਿਹੜਾ ਵਾ ਜਿੱਥੋਂ ਮਰਜ਼ੀ ਜਾ ਕੇ ਉਹ ਖਰੀਦ ਕਰ ਸਕਦਾ ਵਾ, ਅਤੇ ਜਿਹਦੇ ਨਾਲ ਉਹ ਕਿਸਾਨ ਦਾ ਇਹਨੂੰ ਕਹਿੰਦੇ ਆਜ਼ਾਦੀ ਆ ਵੀ ਉਹ ਜਿੱਥੇ ਮਰਜ਼ੀ ਫਸਲ ਵੇਚ ਸਕਦਾ। ਕਿਸਾਨ ਵਾਸਤੇ ਕੋਈ ਆਜ਼ਾਦੀ ਨਹੀਂ, ਉਹ ਆਜ਼ਾਦੀ ਸਿਰ ਉਹ ਵਪਾਰੀ ਨੂੰ ਆ ਕਿ ਉਹ ਖਰੀਦ ਕੇ ਵੱਡੇ ਵੱਡੇ ਉਹ ਗੋਦਾਮ ਬਣਾਉਣੇ, ਉਹਨੇ ਗੋਦਾਮਾਂ ਦੇ ਵਿੱਚ ਉਹਨੇ ਜਮ੍ਹਾਂਖੋਰੀ ਕਰਨੀ ਆ, ਫਿਰ ਉਹਨੇ ਬਾਜ਼ਾਰ ਦੇ ਵਿੱਚ ਮਹਿੰਗੇ ਭਾਅ ਵੇਚਣੀ ਆ। ਜਿਹੜਾ ਸਾਡਾ ਪੰਜਾਬ ਮੰਡੀ ਬੋਰਡ ਦਾ ਸੀਗਾ ਢਾਂਚਾ ਜੋ ਸਾਡੇ ਫਾਇਦੇਮੰਦ ਸੀਗਾ, ਉਸ ਢਾਂਚੇ ਨੂੰ ਬਿਲਕੁਲ ਤਹਿਸ਼ ਨਹਿਸ਼ ਕਰਤਾ। ਸਾਡਾ ਪੰਜਾਬ ਮੰਡੀ ਬੋਰਡ ਦਾ ਜੋ 1873 ਮੰਡੀਆਂ ਪੰਜਾਬ ਦੇ ਵਿੱਚ 12,000 ਕਰੋੜ ਦੀ ਉਹਦੀ ਪ੍ਰੋਪਰਟੀ ਆ ਮੰਡੀਆਂ ਦੇ ਵਿੱਚ, ਉਹਨੂੰ ਸਾਲਾਨਾ 4,000 ਕਰੋੜ ਜਿਹੜੀ ਆਮਦਨ ਹੁੰਦੀ ਸੀ, ਉਸ ਦੇ ਨਾਲ ਸਾਡਾ ਮੰਡੀਆਂ ਦਾ ਵਿਸਥਾਰ ਹੁੰਦਾ ਸੀਗਾ। ਸਾਡਾ ਖੇਤੀ ਦੇ ਵਿੱਚ ਕੋਈ ਘਟਨਾ ਘਟ ਜਾਂਦੀ ਤਾਂ ਸਾਨੂੰ ਮੰਡੀ ਬੋਰਡ ਮੁਆਵਜ਼ਾ ਦਿੰਦਾ ਸੀਗਾ। ਉਹਦੇ ਨਾਲ ਸਾਡਾ ਮੰਡੀ ਦੇ ਵਿੱਚ ਹਜ਼ਾਰਾਂ ਦੇ ਨਾਲ ਆੜ੍ਹਤੀਆ ਕੰਮ ਕਰਦਾ ਸੀ, ਮੁਨਸ਼ੀ ਮਨੀਮ ਕੰਮ ਕਰਦੇ ਸੀ, ਤਾਂ 3 ਲੱਖ ਤੋਂ ਉੱਪਰ ਸਾਡੀ ਜਿਹੜੀ ਲੇਬਰ ਕੰਮ ਕਰਦੀ ਸੀ ਉਹ ਬਿਲਕੁਲ ਜਿਹੜੀ ਆ ਵਿਹਲੀ ਹੋ ਜੂਗੀ। ਮਲੌਰ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ। ਜੰਗਲਾਤ ਵਿਭਾਗ ਪੰਜਾਬ ਵੱਲੋਂ ਗ੍ਰੀਨ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲੈ ਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਆਹਲੀ ਕਲਾ ਤੱਕ 35,000 ਬੂਟੇ ਲਗਾਏ ਜਾ ਰਹੇ ਨੇ। ਇਸ ਮੁਹਿੰਮ ਦੀ ਸ਼ੁਰੂਆਤ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ DFO ਰਾਜੇਸ਼ ਕੁਮਾਰ ਗੁਲਾਟੀ ਵੱਲੋਂ ਬੂਟੇ ਲਗਾ ਕੇ ਕੀਤੀ ਗਈ। ਇਸ ਮੁਹਿੰਮ ਤਹਿਤ ਜੰਗਲਾਤ ਵਿਭਾਗ ਦੇ ਐਪ ਰਾਹੀਂ ਕੋਈ ਵੀ ਵਿਅਕਤੀ ਆਨਲਾਈਨ ਬੂਟੇ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਸਮੁੱਚੇ ਪੰਜਾਬ ਅੰਦਰ ਬੂਟੇ ਲਗਾਏ ਜਾ ਰਹੇ ਨੇ। ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਨਗਰ, ਪਿੰਡ, ਕਸਬੇ ਅਤੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ, ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ। ਉੱਥੇ ਇਸ ਮੌਕੇ DFO ਰਾਜੇਸ਼ ਕੁਮਾਰ ਗੁਲਾਟੀ ਨੇ ਦੱਸਿਆ ਕਿ ਗ੍ਰੀਨ ਪੰਜਾਬ ਮਿਸ਼ਨ ਤਹਿਤ ਪਵਿੱਤਰ ਕਾਲੀ ਵੇਈ ਦੇ ਕਿਨਾਰਿਆਂ ਤੇ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲੈ ਕੇ ਪਿੰਡ ਆਹਲੀ ਕਲਾਂ ਤੱਕ 35,000 ਬੂਟੇ ਲਗਾਏ ਜਾ ਰਹੇ ਨੇ। ਉਹਨਾਂ ਦੱਸਿਆ ਕਿ 60,000 ਬੂਟੇ ਹਲਕੇ ਅੰਦਰ ਲਗਾਏ ਜਾ ਰਹੇ ਨੇ ਜੋ ਕਿ ਮੁਫਤ ਦਿੱਤੇ ਜਾਣਗੇ। ਜੰਗਲਾਤ ਵਿਭਾਗ ਦੇ ਐਪ ਰਾਹੀਂ ਕੋਈ ਵੀ ਵਿਅਕਤੀ ਆਨਲਾਈਨ ਬੂਟੇ ਪ੍ਰਾਪਤ ਕਰ ਸਕਦਾ ਹੈ। ਉਹਨਾਂ ਕਿਹਾ ਕਿ ਕਿਸਾਨ ਵੀ ਜੰਗਲਾਤ ਵਿਭਾਗ ਤੋਂ ਬੂਟੇ ਪ੍ਰਾਪਤ ਕਰ ਸਕਦੇ ਨੇ ਜੋ ਕਿ 35 ਰੁਪਏ ਪ੍ਰਤੀ ਬੂਟਾ ਆਨਲਾਈਨ ਪੈਸੇ ਜਮ੍ਹਾਂ ਕਰਵਾ ਕੇ ਲੈ ਸਕਦੇ ਨੇ। ਸਾਰਾ ਵਾਤਾਵਰਨ 'ਤੇ ਡਿਪੈਂਡ ਆ, ਜਿਹੜਾ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਆਪਾਂ ਦੇਖਦੇ ਸੀ ਨਾ, ਬਾਰਿਸ਼ ਨਹੀਂ ਪੈ ਰਹੀ ਸੀ ਔਰ ਸਾਰਾ ਗਰਮੀ, ਹੁੰਮਸ ਬਹੁਤ ਤਰ੍ਹਾਂ ਦਾ ਆਪਾਂ ਪਿਛਲੇ 10-15 ਸਾਲ ਤੋਂ 20 ਸਾਲ ਤੋਂ ਮੈਂ ਸਮਝਦਾ ਵੀ ਇਹ ਝੇਲਦੇ ਸੀ ਔਰ ਇਹ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਸ ਬੰਨੇ ਜਿਹੜਾ ਧਿਆਨ ਪੂਰਾ ਕੀਤਾ, ਸਾਰੀ ਸਰਕਾਰ ਨੇ, ਸਾਰੇ ਮਹਿਕਮੇ ਨੇ ਸਾਡੇ ਔਰ ਹਰ ਪਿੰਡ ਦੇ ਵਿੱਚ ਜਿਹੜਾ ਅਸੀਂ 550 ਰੁੱਖ ਦੀ ਸ਼ੁਰੂਆਤ ਕੀਤੀ ਆ, ਸੜਕਾਂ 'ਤੇ ਵੀ ਜਿਹੜੀ ਕੀਤੀ, ਇਹ 3 ਸਾਲ ਦੇ ਨਾਲ ਲੱਗਣ ਕਰਕੇ ਇਹ ਅੱਜ ਹੋ ਗਿਆ ਵੀ ਅੱਜ ਬਰਸਾਤ ਤੁਸੀਂ ਦੇਖੋ ਕਿੰਨੀ ਜਿਹੜੀ ਅੱਗੇ ਨਾਲ ਬਹੁਤ ਜ਼ਿਆਦਾ ਹੋ ਰਹੀ ਆ। ਨਹੀਂ ਤਾਂ ਪਿਛਲੇ ਸਾਲਾਂ ਦੇ ਵਿੱਚ ਤਾਂ ਬਰਸਾਤਾਂ ਦਾ ਚਿੱਤਾ ਹੀ ਭੁੱਲ ਗਿਆ ਸੀ, ਨਦੀਆਂ ਨਾਲੇ ਕਈਆਂ ਥਾਵਾਂ ਜਗ੍ਹਾ 'ਤੇ ਉੱਚੇ ਕਰ ਲਏ ਵਾਹਲੇ ਸੀ ਵੀ ਪਾਣੀ ਤਾਂ ਆਉਣਾ ਨਹੀਂ ਗਾ। ਹੁਣ ਦੁਬਾਰਾ ਫਿਰ ਮੀਂਹ ਪੈਣ ਨਾਲ
चाहे पहाड़ों के बर्फ कह सकदा सिस्टम फिर दोबारा चेंज होया और इनू आपां ठीक रखांगे उहदे तहत ही अज इह इस किन्ना 60,000 बूटा जी 40,000 जिहड़ा प्लांट आ जिहड़ा अर्जन वर्गा अर्जन जामन जामन निम गुलमोर यह सारे जिहड़े आ ना इस नदी के अपने काली बेई के कंढे ते असीं प्रोजैक्ट शुरू किया सीगा। सुल्तानपुर लोधी तो सिमरनजीत सिंह दी रिपोर्ट। अजनाला दे पिंड गगो माहल दी नवदीप कौर ने 12वीं क्लास च 95% नंबर लै के माता पिता दा नाम रोशन कीता। नवदीप दे घर खुशी दा माहौल बनिया होया है जिस नूं लै के पिंड दे सरपंच पंच अते होर पतवंते नवदीप दे माता पिता नूं वधाइयां देण पुज्जे। इस मौके नवदीप ने कहा कि उसनूं बहुत खुशी है कि उह 95% नंबर लै के पास होई है ते अग्गे वी अपने माता पिता दा नाम रोशन करेगी। इस मौके नवदीप कौर दे माता पिता ने कहा कि उन्होंने बहुत खुशी है कि उन्हों की लड़की 95% नंबर लै के पास हुई है। उन्होंने कहा कि हुण दे जमाने विच लड़कियां लड़कियां नालों घट नहीं हैं अते हर खेत्र विच लड़कियां मल्ला मार रही हैं। इस दे नाल ही लड़कियां नूं वध तों वध पढ़ाउणा चाहीदा है। खुश हाँ कि मैं अज टॉप किया। मैं कभी सोचा नहीं कि मैं मतलब कि इतनी वधिया परसेंटेज आऊगी मेरी, पर मैं बहुत ज़्यादा खुश हाँ इस चीज़ में लैके। जदों शुरुआती दिनों तो ते मेरी पहला मेरी भूई जी ने मेरा PBS बनाया सीगा कि उन्हें मेरी जड़ बननी सीगी। फिर उस तो बाद जदों उन्हां दा ब्याह हो गया फिर मैं आपे मतलब कि मेरा जदों मन बज गया ही पढ़ाई दे विच फिर मैं आपे पढ़ना शुरू करता आपे इस तरह ही। फिर मेरा आपे इदां पढ़ती रही फिर आपे मेरा हो गया कि मैं टॉप भी करना आ, मैं वधिया नंबर लैने वधिया परसेंटेज लैनी आ। इस तरह ही फिर मेरा पढ़ाई में मन बन गया सी। मेरे टीचर्स का भी मेरे इस इतों तक पहुँचने में बहुत बड़ा योगदान है। मैं प्रिंसिपल सर जी का सब का मेरे टीचर्स ने मैनू बहुत वधिया पढ़ाया आ इतों तक पहुँचाया उन्होंने बहुत बड़ा योगदान आ रोल आ मेरे इतों तक पहुँचाने तक। अजनाला तो पंकज मल्ली की रिपोर्ट। पंजाब च मानसून की शुरुआत हो चुकी है ते कई थावां ते मीह कारण लोगों नू गर्मी तो राहत भी मिली है। उथे मानसा च पए भारी मीह कारण किसानों के चेहरों के हासे उड़ गए। दरअसल पिंड तामकोट अते ख्यालां च किसानां दे खेतां च 4 फुट तक पानी वड़ गया जिस कारण सारी फसल पानी च डुब गई। उत्थे किसानां ने प्रशासन तों मुआवजे दी मंग कीती है। किसानां दा कहना है कि हर साल बरसात दे पानी कारण उहनां दी फसल नूं नुकसान हुंदा है ते बार बार दफ्तरां दे चक्कर लगाउण तों बाद भी प्रशासन अते सरकार उहनां दी कोई सार नहीं लैंदी। उहनां कहा कि इस बार फिर उहनां दी सैकड़े एकड़ नरमा झोना अते हरे चारे दी फसल तबाह हो चुकी है। किसानां ने सरकार तों मंग कीती है कि बरसात दे पानी दे निकास लई कोई पुख्ता प्रबंध कीता जावे। जिहड़ा किसान है अज कल बहुत ही मंदी दे दौर दे विचों लंघ रिहा है। हर रोज़ ही सुनते हैं आप अखबारों के सोशल मीडिया के उत्ते भी 5 तो 7 किसान हर रोज़ खुदकुशियां कर रहे हैं आर्थिक तंगी के कारण। पिछे जो महामारी चली करोना उहदा कहर भी किसानों ने बहुत वड्डी पद्धर ते झल्लिया जो कि लेबर की सानू बहुत ही वड्डी दिक्कत आई। जे लोगों ने महंगे भावों पर चलो जो मर्जी होया भी अपन जीरिया लाइया फिर उन्हों का पालन पोषण किया हूँ जो रेह खादा पूरिया असी कर चुके हैं तो आ कुदरत की करोपी आडे सामने है भी साड़ी सारी जी फसल है सैकड़े एकड़ फसल का पानी के डुब के जी तबाह हो चुकी है। हूँ साडा कोई भी पासा नहीं है। मंग तो यही करते हैं सरकार तो भी एक तो यह स्थाई हल किया जाए कोई डूंगे बोर बार करवाए जा। हूँ किसानों को आप भी इन्नी भी गुंजाइश नहीं हैगी भी वह आप दे जी फसल पालन योग करा भी आड़तियों तो ब्याजा तो पैसे चक के वह करते हैं। एक तो पानी का कोई हल हो हर साल इतने जिहड़ी इह फसल है 200-300 किले का नुकसान हुंदा है जी। असीं सरकार तों इही मंग करदे आं भी ढुकवां मुआवजा दिता जावे ते पानी का कोई साडा जिहड़ा हल कीता जावे। मानसा तों कुलवीर सिंह दी रिपोर्ट। बरनाला जिले च 2 दिन होई लगातार बारिश जिथे किसानां लई वरदान साबित होई है उत्थे इस बारिश ने प्रशासन दी वी पोल खोल के रख दिती है। 2 दिन पए मीह कारण शहरां दीआं सड़कां पानी नाल लपा-लप भर गईआं। उत्थे हेठले इलाकिआं च मीह दे पानी नाल सीवरेज दा गंदा पानी भी जमा हो गया जिस कारण लोकां दीआं मुश्किलां काफ़ी वध गईआं। उत्थे इलाके निवासियों का कहना है कि निचले इलाकों के पानी 3 तो 4 फुट तक भर चुका है और शहर की सीवरेज व्यवस्था भी पूरी तरह नाल ठप हो चुकी है। लोगों का कहना है कि शहर की हर एक सड़क से बारिश का पानी जमा होने कारण बच्चे औरतों और बुजुर्गों को उत्थों निकलना काफ़ी मुश्किल हो गया है। पानी खड़ा होने कारण लोगों की गड्डियां भी उत्थे बंद हो गई ने। ज्यों आम हर एक फसल तो बहुत लाभदायक है। कोई कोई फसल होंगी जी जिन्हों नुकसानदायक माड़ा मोटा हो बिजली की बचत होगी किसानों का पानी की बचत होगी। ये मीह तो बहुत ही फसल लई चंगा होंदा जी जिन्ना भी जे बत्त सिर पै जाए क्योंकि बारिशां इधर पंजाब अपना बरनाला जिले के लेट आई है बारिश तो बहुत वधिया मीह पिया जी
सारे किसानों के बहुत लाभदायक है, जिस करके भी हुण ज़्यादा बारिश माड़ी हुंदी है जी, वतना बारिश पै जाए तो किसान लई बहुत चंगी हुंदी है जी। ये झोने लई भी ठीक है जी, मक्की लई भी ठीक है। मक्की नूं थोड़ा जिहा आए भी हजे बारिश ज़्यादा बारिश का डर हुंदा जी, हजे तो कोई ज़्यादा नहीं ठीक है। तो होर भी कई फसलों लई ठीक ही हुंदी है जी, जे ज़्यादा ना होवे। बरनाला तो हिमांशु दुआ की रिपोर्ट। हिमाचल प्रदेश च पैंदे सिद्ध शक्ति पीठ श्री नैना देवी मंदिर च सावन अष्टमी दे मेले शुरू हो गए ने। मेले की शुरुआत मौके मंदिर च झंडे की रसम अदा की गई ते सारे भवन नूं सोहणे फुल्लां नाल सजाया गया। हालांकि कोरोना महामारी कारण मंदिर दे मुख द्वार बंद ने ते श्रद्धालुआं दे मंदिर आउण ते अजे मनाही है। दस दईए कि यह मेला 21 जुलाई तो 29 जुलाई तक मनाया जाएगा। हिमाचल प्रदेश के सिद्ध शक्ति पीठ श्री नैना देवी दे मंदिर दे विच लगन वाला है सब तो वड्डा मेला है, पर कोविड-19 दे चलदिया मंदिर दे मुख द्वार बंद किए गए ने। तुहानू दस दईए कि सावण महीने दे अष्टमी नूं यह मेला बहुत महत्व रखता है, क्योंकि पंजाब, हिमाचल, हरियाणा, दिल्ली, यूपी, बिहार अते होर थावां तो लोकी इत्थे माता दे दर्शन करन लई आउंदे ने। दस्सिया जा रहा है कि मंदिर दे विच अगले 10 दिनां तक पूजा पाठ विधिवत रूप दे नाल चलेगा तां जो विश्व शांति बनी रहे। आज माता नैना देवी के श्रावण अष्टमी के मेला आरंभ हो गया है। पूजा अर्चना माता की जैसे पहले की अगर चलती थी वैसे ही हो रही है, पर श्रद्धालुओं के ना होने से यहाँ पर कुछ कमी सी महसूस हो रही है। पर मेला जो है कि जो माता की पूजा है जैसे पहले चला करती थी वैसे ही चल रही है। श्री आनंदपुर साहिब तो बिमल सैनी की रिपोर्ट। थाना गुराया की पुलिस ने एक व्यक्ति नु नाकेबंदी दौरान अफीम समेत गिरफ्तार किया है। फड़े गए व्यक्ति की पछाण हरप्रीत सिंह वजो हुई है, जो कि तरन तारण का रहने वाला दसया जा रहा है। थाना गुराया की पुलिस ने मामला दर्ज करके अगली कार्रवाई शुरू कर दी है। पुलिस चौकी तो सांझ कला के इंचार्ज ने दसा कि SI गुरदीप सिंह ने पिंड चचराड़ी विखे समेत पुलिस पार्टी नाकाबंदी की थी, जिस दौरान गुराया साइड तो आ रही कार ने पुलिस पार्टी नू देख के पिछे मुड़न लगा, जिस तो बाद SI गुरदीप सिंह ने कार चालक नू काबू कर लिया, जिस तो बाद मौके ते पहुंच कार चालक दे हैंड बैग की तलाशी ली तो उस विचो 470 ग्राम अफीम बरामद हुई। आज मानयोग SSP जलंधर श्री नवजोत सिंह माल देहाती श्री दविंदर दत्री सब डिवीजनलर दे देश निर्देशों मुताबिक असी जो नाका से अज चचराड़ी विखे लाया हुआ, जो एक एक गड्डी सी इंडिका मांजा लुधियाना साइड वालों आ रही थी, दौराने चैकिंग उन्होंने चैक किया, चैक करने के को जी 470 ग्राम जी फीम बरामद हुई है। तो मुलजम जोड़ा से वह ना जो है पुछगिछ जो अपना नाम दसिया, वह नाम से हरप्रीत सिंह हैप्पी सन बलजीत सिंह वासी भैणी सिद्धवा थाना तरन तारण सदर वो खिलाफ़ जोड़ा वा मुकदमा 151 अंडर सैक्शन 18-85 NDP सैक्टर का दर्ज करके तफ्तीश अमल में जाती है। जो होर भी जी गल आएगी सामने वो आपकी रूल रूल दी जाएगी। पहला भी मामला दर्ज है जी इतने ये बारे अजे कोई नॉलेज नहीं है, क्योंकि कोशिश कर रहे हैं जी। बाकी गुराया तो सतविंदर झंडू की रिपोर्ट। नशे की लत नूं पूरी करन लई एक व्यक्ति वल्लों चोरी दीआं घटनावां नूं अंजाम दित्ता जांदा सी, जिस नूं सुल्तानपुर लोधी दी पुलिस वल्लों गिरफ्तार कर लिया गया। पुलिस ने चोर कोलों 5 मोटरसाइकिल अते 2 चोरी दीआं एक्टिवा वी बरामद कीतीआं ने। सुल्तानपुर लोधी दे SHO ने दस्सिया कि पिछले दिन गश्त दौरान पिंड ढुंडियां वाला दे कोल नाकाबंदी कीती हुई सी, जिस ते इस चोर नूं गिरफ्तार कीता गया अते नशे दी हालत विच ही सड़क दे विच कोई भी मोटरसाइकिल चोरी करके लै जांदा सी। इस तो अलावा उसने धार्मिक थावां ते भी कई बार चोरी दीआं घटनावां नूं अंजाम दित्ता है। उन्होंने दस्सिया कि इस चोर कोलों पुछगिछ जारी है। हाँ जी सर, की मामला है? अफसरां दी हिदायतां मुताबक रात नूं जिहड़ा कर्फ्यू जारी है, करके नाकाबंदी की जा रही है। परमजीत सिंह SI चौंकी इंचार्ज RCF समेत फोर्स 19 तरीक नूं नाका लाया है टुड्डियां वाले मोड़ ते। एक नौजवान नूं रोकिया जिहदे कोल कोई कागज पत्र नहीं, मोटरसाइकल मिलिया मनप्रीत सिंह को, वह चोरी का मोटरसाइकिल लिया तो जो मुकदमा दर्ज करके कल उन्होंने पेश किया गया अदालत। पेश कर तो बाद 2 दिन का पुलिस रिमांड हासिल किया गया। दौराने रिमांड उन्हें पूछगिछ के आपके घरों 6 भी कदे के होर बरामद कराए चोरी सुधा, एक 7 टोटल जोड़े आदि अकाउंट बरामद हो चुके हैं। पूछगिछ जारी है, होर भी जोड़े ये कोई कमी होगी संभावना। इनके कोई क्रिमिनल रिकॉर्ड है? पहले ये जरा चोरिया का एक अद्धा मुकदमा पहले भी दर्ज है, तो यह जो बंदा ये क्रिमिनल टाइप का दूरों दूर ने मोटरसाइकिल चोरी किया। कोई धार्मिक स्थानों तो भी मोटरसाइकिल चुकता रहा? देखो धार्मिक स्थानों जो चोरी हुए हैं वो सदा उस मिले 2-3 मोटरसाइकिल
ਬੇਸਾ ਤੋਂ ਇੱਕਦਾਂ ਜਾਂ ਮੁਕਤਸਰ ਤੋਂ ਜਿਹੜਾ ਹੈ ਉਹ ਵੀ ਹੋ ਚੁੱਕਾ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ। ਪਟਿਆਲਾ ਦੀ ਕੇਂਦਰੀ ਜੇਲ੍ਹ ਅਕਸਰ ਵਿਵਾਦਾਂ 'ਚ ਰਹਿੰਦੀ ਹੈ ਅਤੇ ਹੁਣ ਫਿਰ ਕੇਂਦਰੀ ਜੇਲ੍ਹ ਪਟਿਆਲਾ 'ਚ ਇੱਕ ਕੈਦੀ ਵੱਲੋਂ 250 ਨਸ਼ੀਲੀਆਂ ਗੋਲੀਆਂ, 2 ਮੋਬਾਈਲ ਫੋਨ ਅਤੇ 1 ਇੰਜੈਕਸ਼ਨ ਬਰਾਮਦ ਹੋਇਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਸਮਾਨ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਥਾਣਾ ਤ੍ਰਿਪਤੀ ਦੇ ਵਿੱਚ ਇਸ ਬਾਬਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਥਾਣਾ ਤ੍ਰਿਪਤੀ ਦੇ SHO ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵੱਲੋਂ ਸਾਨੂੰ ਇੱਕ ਲੈਟਰ ਰਿਸੀਵ ਹੋਇਆ ਸੀ ਪਰਸੋਂ, ਜਿਸ ਦੇ ਤਹਿਤ ਅਸੀਂ ਕੈਦੀ ਮਲਕੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਖਿਲਾਫ FIR ਨੰਬਰ 212 ਰਜਿਸਟਰ ਕੀਤੀ ਹੈ, ਜਿਸ ਤੋਂ ਜੇਲ੍ਹ ਦੇ ਪੱਤਰ ਮੁਤਾਬਕ ਜੋ ਜਿਹੜਾ ਕੈਦੀ ਮਲਕੀਤ ਸਿੰਘ ਹੈ ਇਹ ਜੇਲ੍ਹ ਅੰਦਰ ਸਜ਼ਾ ਕੱਟ ਰਿਹਾ ਅਤੇ ਜੇਲ੍ਹ ਦੇ ਹਸਪਤਾਲ ਦੇ ਵਿੱਚ ਇਹ ਸੇਵਾਦਾਰ ਦੇ ਤੌਰ 'ਤੇ ਇਹਦੀ ਡਿਊਟੀ ਲਗਾਈ ਗਈ ਸੀ। ਜਦੋਂ ਇਸ ਦੀ ਬਦਲੀ ਜੇਲ੍ਹ ਹੋਸਪਿਟਲ ਤੋਂ ਲੰਗਰ ਹਾਲ 'ਚ ਕੀਤੀ ਗਈ ਤਾਂ ਉੱਥੇ ਇਹਨਾਂ ਨੂੰ ਸੂਚਨਾ ਮਿਲੀ ਵੀ ਇਹਨੇ ਹੋਸਪਿਟਲ ਦੇ ਪਿੱਛੇ ਕੁਛ ਗੋਲੀਆਂ ਲਕਾਸ਼ ਪਾ ਕੇ ਰੱਖੀਆਂ ਨੇ ਅਤੇ ਮੋਬਾਈਲ ਫੋਨ, ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਲੈਣ 'ਤੇ ਇਹਦੇ ਤੋਂ ਵੱਖ ਵੱਖ ਬ੍ਰਾਂਡਸ ਦੀਆਂ 250 ਦੇ ਗਿਣਤੀ ਆ ਜੋ ਕਈ ਗੋਲੀਆਂ ਬਰਾਮਦ ਹੋਈਆਂ ਨੇ, 1 ਟੀਕਾ, 2 ਜਰਦੇ ਦੀਆਂ ਪੁੜੀਆਂ ਅਤੇ 2 ਮੋਬਾਈਲ ਫੋਨ ਇਹ ਤੋਂ ਬਰਾਮਦ ਹੋਏ। ਪਟਿਆਲਾ ਤੋਂ ਕੁਲਵਿੰਦਰ ਘੁੰਮਣ ਦੀ ਰਿਪੋਰਟ। ਸੰਗਰੂਰ 'ਚ ਭਰਤੀ ਨਵੇਂ ਮੁਲਾਜ਼ਮਾਂ ਉੱਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਅਤੇ DA ਦੀ ਸ਼ਿਕਾਇਤ ਦੇ ਬਕਾਇਆ ਅਤੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਨਾ ਕਰਨ ਖਿਲਾਫ ਮੁਲਾਜ਼ਮਾਂ ਵੱਲੋਂ 4 ਜਗ੍ਹਾ ਤੇ ਮਟਕਾ ਫੋੜ ਪ੍ਰਦਰਸ਼ਨ ਕੀਤਾ ਗਿਆ। ਉੱਥੇ ਪੰਜਾਬ UT ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਦੀ ਕੋਲ ਦੇ ਕੀਤੇ ਇਸ ਪ੍ਰਦਰਸ਼ਨ 'ਚ ਮੁਲਾਜ਼ਮਾਂ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਨੂੰ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਖਾਮਿਆਜ਼ਾ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪਵੇਗਾ। ਪੈਨਸ਼ਨ ਸੰਘਰਸ਼ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਇੱਕ ਜਿਹੜੇ ਗੌਰਮੈਂਟ ਦੇ ਕੀਤੇ ਪਾਪਾਂ ਦੇ ਘੜੇ ਭਰ ਗਏ ਜਿਹੜੇ, ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਭੰਨਣ ਦਾ ਪ੍ਰੋਗਰਾਮ ਹੈ ਉਹਨਾਂ ਨੂੰ ਕਿ ਕਿਉਂਕਿ 2017 ਦੇ ਵਿੱਚ ਜਦੋਂ ਕੈਪਟਨ ਸਰਕਾਰ ਸੱਤਾ ਦੇ ਵਿੱਚ ਆਈ ਅਤੇ ਉਦੋਂ ਸਾਡੇ ਨਾਲ ਸਾਡੇ ਜਿਹੜੇ ਉੱਪਰਲੇ ਲੀਡਰ ਹੈ ਪੰਜਾਬ ਦੇ ਉਹਨਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਇਹ ਵਾਅਦਾ ਕਰਿਆ ਵੀ ਜਦੋਂ ਸਾਡੀ ਮੁਲਾਜ਼ਮੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਤੁਹਾਡਾ ਪੇ ਕਮਿਸ਼ਨ ਹੈ ਜਿਹੜਾ ਉਹ ਲਾਗੂ ਕਰ ਦਿਆਂਗੇ, ਜਿਹੜੇ DA ਦੀਆਂ ਕਿਸ਼ਤਾਂ ਨੇ ਉਹ ਤੁਹਾਨੂੰ ਤੁਰੰਤ ਦਿੱਤੀਆਂ ਜਾਣਗੀਆਂ ਅਤੇ ਬਕਾਏ ਦਿੱਤੇ ਜਾਣਗੇ ਅਤੇ ਜਿਹੜੇ ਕੱਚੇ ਕੰਮ ਹੈ ਕਿਸੇ ਵੀ ਵਿਭਾਗ ਦੇ ਵਿੱਚ ਕੰਮ ਕਰਦੇ ਹੈ ਉਹਨਾਂ ਨੂੰ ਪੱਕਾ ਕੀਤਾ ਜਾਊਗਾ, ਜਿਹੜਾ ਠੇਕੇਦਾਰੀ ਸਿਸਟਮ ਹੈ ਉਹਨੂੰ ਬਾਹਰ ਕਰਕੇ ਉੱਥੇ ਰੈਗੂਲਰ ਭਰਤੀ ਕੀਤੀ ਜਾਊਗੀ। ਇਹ ਸਾਡੇ ਵਾਅਦੇ ਜਿਹੜੇ ਸਾਰੇ ਉਹਨਾਂ ਦੇ ਵਿੱਚੋਂ 3.5 ਸਾਲ ਹੋ ਗਏ ਪੰਜਾਬ ਸਰਕਾਰ ਨੇ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ। ਸੰਗਰੂਰ ਤੋਂ ਸਚਿਨ ਤਨੰਜਸ ਦੀ ਰਿਪੋਰਟ। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ, ਵਧੇਰੇ ਜਾਣਕਾਰੀ ਲਈ ਜੁੜੇ ਰਹੋ ਸਾਡੇ ਸਵੇਰਾ ਪੰਜਾਬ ਦੇ ਨਾਲ।